ਭਵਾਨੀਗੜ੍ਹ ਦੇ ਨੇੜਲੇ ਪਿੰਡ ਬਾਲਦ ਕਲਾਂ ਦੀ ਇੱਕ ਵਿਧਵਾ ਮਹਿਲਾ ਜਿਸਦਾ ਕਿ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਬਚਤ ਖਾਤਾ, ਉਸ ਖਾਤੇ ਦੇ ਵਿੱਚੋਂ ਹੈਕਰਾਂ ਦੇ ਵੱਲੋਂ 6,42,000 ਰੁਪਏ ਦੀ ਠੱਗੀ ਮਾਰੀ ਗਈ ਹੈ। ਨਕਦੀ ਤੇ ਹੱਥ ਸਾਫ਼ ਕਰ ਲਿਆ ਗਿਆ। ਇਸ ਬਾਬਤ ਪੀੜਤ ਮਹਿਲਾ ਦੀ ਧੀ ਦਾ ਕਹਿਣਾ ਹੈ ਕਿ ਉਸਦੀ ਮਾਤਾ ਦਾ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਖਾਤਾ ਹੈ, ਜਿਸ ਖਾਤੇ ਦੇ ਵਿੱਚ 8,93,000 ਰੁਪਏ ਦੀ ਰਕਮ ਪਈ ਸੀ। ਲੰਘੀ 31 ਜੁਲਾਈ ਨੂੰ ਸ਼ਾਮ ਵੇਲੇ ਫੋਨ 'ਤੇ ਮੈਸੇਜ ਆਉਂਦੇ ਨੇ ਅਤੇ ਪਤਾ ਲੱਗਦਾ ਕਿ ਵੱਖ ਵੱਖ ਟ੍ਰਾਂਜੈਕਸ਼ਨਸ ਦੇ ਰਾਹੀਂ 1,42,000 ਦੀ ਰਾਸ਼ੀ ਹੋਰ ਖਾਤਿਆਂ ਦੇ ਵਿੱਚ ਚਲੀ ਗਈ। ਉਹਨਾਂ ਵੱਲੋਂ ਤੁਰੰਤ ਬੈਂਕ ਅਧਿਕਾਰੀ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਖਾਤੇ ਨੂੰ ਫਰੀਜ਼ ਕਰਨ ਦੇ ਲਈ ਕਿਹਾ ਜਾਂਦਾ। ਉਹਨਾਂ ਦਾ ਕਹਿਣਾ ਕਿ ਬੈਂਕ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਬਚੀ ਰਾਸ਼ੀ ਦੀ ਅਸੀਂ FD ਕਰ ਦਿੰਦੇ ਹਾਂ ਤਾਂ ਜੋ ਤੁਹਾਡੀ ਰਾਸ਼ੀ ਜਿਹੜੀ ਹੈ ਉਹ ਸੁਰੱਖਿਅਤ ਹੋ ਜਾਵੇ। ਉਹਨਾਂ ਦਾ ਕਹਿਣਾ ਕਿ ਅਗਲੇ ਦਿਨ ਉਹਨਾਂ ਬੈਂਕ ਜਾ ਕੇ ਖਾਤੇ ਫਰੀਜ਼ ਕਰਨ ਦੇ ਲਈ ਕਿਹਾ ਤਾਂ ਬੈਂਕ ਅਧਿਕਾਰੀਆਂ ਦਾ ਕਹਿਣਾ ਕਿ ਬਕਾਇਆ ਪਈ 7,00,000 ਰੁਪਏ ਦੀ FD ਕਰ ਦਿੱਤੀ ਹੈ, ਹੁਣ ਡਰਨ ਦੀ ਲੋੜ ਨਹੀਂ। ਪਰ ਉਹਨਾਂ ਦਾ ਕਹਿਣਾ ਕਿ 1 ਅਗਸਤ ਨੂੰ ਉਹਨਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਹੈ ਜਦੋਂ ਫੋਨ 'ਤੇ ਮੈਸੇਜ ਆਇਆ ਕਿ ਉਹਨਾਂ ਦੇ ਮਾਤਾ ਦੇ ਖਾਤੇ ਦੇ ਵਿੱਚੋਂ FD ਨੂੰ ਤੋੜ ਕੇ 5,00,000 ਰੁਪਏ ਦੀ ਰਾਸ਼ੀ ਮਹਾਰਾਸ਼ਟਰ ਦੇ ਕਿਸੇ ਬੈਂਕ ਦੇ ਵਿੱਚ ਟ੍ਰਾਂਸਫਰ ਹੋ ਗਈ ਹੈ। ਤਾਂ ਉਹਨਾਂ ਦਾ ਕਹਿਣਾ ਕਿ ਠੱਗੀ ਮਾਰੀ ਗਈ ਹੈ। ਹਾਲਾਂਕਿ ਇਸ ਬਾਬਤ ਜਦ ਬੈਂਕ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਜਾ ਰਹੀ ਹੈ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਤੋਂ ਮੰਗ ਕੀਤੀ ਗਈ ਕਿ ਜਲਦ ਅਜਿਹੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮੇਰਾ ਨਾਮ ਕਰਮਜੀਤ ਕੌਰ ਹੈ ਬੇਟੇ। ਆਂਟੀ ਕੀ ਠੱਗੀ ਹੋਈ ਹੈ ਤੁਹਾਡੇ ਨਾਲ? ਮੇਰੇ ਨਾਲ ਬੇਟੇ 6,42,000 ਰੁਪਈਆ, ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ਸੀ ਵੀ ਉਹਦੇ ਨਾਲ ਕੁਛ ਹੋ ਗਿਆ, ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾਂ ਨਾਲ ਕਰਿਆ ਕੀ ਹੋਇਆ, ਮੈਨੂੰ ਸਮਝ ਨਹੀਂ ਆਈ ਬੇਟੇ ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ, ਮੇਰੇ ਕੋਲ ਇੰਨਾ ਹੀ ਜੋੜਿਆ ਹੋਇਆ ਸੀ ਵੀ ਚੱਲ ਕਬੀਲਦਾਰੀ ਹੈ, ਮੇਰੀ ਬੇਟੀ ਵੀ ਨੌਜਵਾਨ ਹੈ ਵੀ ਪੈਸੇ ਦੀ ਲੋੜ ਹੁੰਦੀ ਹੈ, ਇਹ ਸਾਰਾ ਉੱਡ ਗਿਆ। ਠੀਕ ਹੈ, ਫੈਮਿਲੀ 'ਚ ਕੌਣ ਕੌਣ ਹੈ ਟੁੱਟੀ? ਅਸੀਂ ਦੋਨੇ ਮਾਮਾ ਧੀਆਂ ਬੇਟੇ। ਸੋ ਕਮਾਉਣ ਵਾਲੇ ਤੁਸੀਂ, ਤੁਸੀਂ ਕੀ ਕੰਮ ਕਰਦੇ? ਮੈਂ ਆਂਗਨਵਾੜੀ 'ਚ ਵਰਕਰ ਹਾਂ ਬੇਟੇ। ਠੀਕ ਹੈ, ਸੋ ਬੜੀ ਮਿਹਨਤ ਨਾਲ ਪੈਸੇ ਜੋੜੇ? ਹਾਂਜੀ ਹਾਂ, ਕਿਹੜਾ ਜੁੜਦਾ ਬੇਟੇ, ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਪਹਿਲਾਂ ਦੇ। ਸੋ ਇਸ ਸੰਬੰਧੀ ਤੁਸੀਂ ਕੰਪਲੇਂਟ ਵਗੈਰਾ ਦਰਜ ਕਰਾਈ ਹੈ? ਹਾਂਜੀ ਹਾਂ। ਠੀਕ ਹੈ, ਸੋ ਕੀ ਕਹਿੰਦੇ ਕਿ ਕਾਰਵਾਈ ਆਰੰਭ ਵਿੱਚ ਲਿਆਂਦੀ? ਹਾਂਜੀ ਹਾਂ, ਉਹਨਾਂ ਨੇ ਆਪਣੇ SSP ਸਾਹਿਬ ਨੇ ਪਹਿਲਾਂ ਐਪਲੀਕੇਸ਼ਨ ਆਪਾਂ ਉਹਨਾਂ ਨੂੰ ਦਿੱਤੀ ਸੀਗੀ, ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਦਿੱਤੀ ਹੈ ਬੇਟੇ, ਉੱਥੇ ਚੱਲ ਰਹੀ ਹੈ ਗੱਲਬਾਤ। ਹਾਂਜੀ ਹਾਂ, ਮੈਂ ਕਹਿੰਦੀ ਹਾਂ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ। ਕੀ ਨਾਮ ਤੁਹਾਡਾ? ਦੀਪਿੰਦਰ ਕੌਰ। ਦੀਪਿੰਦਰ ਜੀ, ਕੀ ਗੱਲਬਾਤ ਹੋਈ ਹੈ ਤੁਹਾਡੀ ਮੰਮੀ ਨਾਲ, ਕਿਵੇਂ ਠੱਗੀ ਲੱਗੀ ਹੈ? 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਵਾਲਿਆਂ ਦੀ, ਅਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਅਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ਡਿਊ ਹੈ ਕਿ ਉਹ ਪੇ ਕਰ ਦਿਓ, ਅਤੇ ਅਸੀਂ ਕਿਹਾ ਨਹੀਂ ਕਰਵਾਉਣੀ ਹੈਗੀ, ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40,901 ਰੁਪਇਆ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਅਸੀਂ ਪੁੱਛਿਆ ਸੀ, ਉਸ ਤੋਂ ਬਾਅਦ ਫਿਰ ਫੋਨ ਆਇਆ ਸੀ ਅਤੇ ਅਸੀਂ ਕਿਹਾ ਸੀ ਕਿ ਤੁਹਾਡੀ, ਅਸੀਂ ਕਿਹਾ ਨਹੀਂ ਕਰਵਾਉਣੀ ਸੀ, ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ, ਅਤੇ ਫਿਰ ਅਸੀਂ ਕਿਹਾ ਰਿਫੰਡ ਕਰਵਾਉਣਾ ਹੈ, ਅਤੇ ਫਿਰ ਉਹ ਕਹਿੰਦੇ ਆਪਣਾ ਕਾਰਡ ਨੰਬਰ ਦੇ ਦਿਓ ਅਤੇ ਰਿਫੰਡ ਹੋ ਜੂਗੀ। ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ, ਅਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ। ਪਹਿਲਾਂ ਕੱਟਿਆ 82,000, ਫਿਰ ਉਸ ਤੋਂ ਬਾਅਦ 10,000 ਕੱਟਿਆ, ਫਿਰ 50,000 ਕੱਟਿਆ ਗਿਆ। ਕੁੱਲ ਕਿੰਨਾ ਆਪਾਂ ਕਹਿ ਦਈਏ ਨੁਕਸਾਨ ਹੋ ਗਿਆ? 31 ਜੁਲਾਈ ਨੂੰ 1,42,000 ਕੱਟਿਆ ਗਿਆ। ਫਿਰ ਉਸ ਤੋਂ ਬਾਅਦ ਉਹਦੀ ਮੈਨੇ ਬੈਂਕ ਵਾਲੇ ਨੂੰ, ਮੈਮ ਨੂੰ ਫੋਨ ਕਰਿਆ ਅਤੇ ਉਹ ਕਹਿੰਦੇ ਉਹ ਮਤਲਬ FD ਕਰ ਦਿਓ। ਮੈਨੇ ਉਹ ਨੈੱਟ ਬੈਂਕਿੰਗ ਅਸੀਂ ਯੂਜ਼ ਕਰਦੇ ਹਾਂ ਫੋਨ 'ਤੇ, ਅਤੇ ਅਸੀਂ FD ਕਰੀ 1,07,00,000 ਦੀ, 1,10,000 ਦੀ। ਅਤੇ ਫਿਰ ਅਗਲੇ ਦਿਨ ਅਸੀਂ 1 ਅਗਸਤ ਨੂੰ ਅਸੀਂ ਬੈਂਕ 'ਚ ਗਏ ਸੀ। ਬੈਂਕ 'ਚ ਗਏ ਅਤੇ ਉਹਨਾਂ ਨੇ ਕਿਹਾ ਤੁਹਾਡੀ FD ਸੇਫ ਹੈ, ਨਹੀਂ ਹੁਣ ਜਾਂਦੇ ਹੈਗੇ ਪੈਸੇ। ਅਤੇ ਫਿਰ ਅਸੀਂ ਸੰਗਰੂਰ ਵੀ
ਐਪਲੀਕੇਸ਼ਨ ਦੇ ਕੇ ਆਏ ਹਾਂ SSP ਸਾਹਿਬ ਨੂੰ, ਅਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫਿਰ FD ਟੁੱਟ ਗਈ 8:15 'ਤੇ। ਪੈਸੇ ਸਾਰੇ ਵਾਪਸ ਮਿਲ ਜਾਣ।